Why Media Group? The fastest growing media group in North America. ਗੱਲ ਕਰਦੇ ਹੈਗੇ ਆ ਕਿ ਸਾਡੇ ਇੱਥੇ ਜਿਹੜੀ ਇੱਕ ਇਨਵੈਸਟੀਗੇਟਿਵ ਰਿਪੋਰਟ ਹੈ ਇਹ ਸੀਬੀਸੀ ਦੀ ਇਨਵੈਸਟੀਗੇਟਿਵ ਰਿਪੋਰਟ ਹੈ ਮਾਰਕੀਟ ਪਲੇਸ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਵਿੱਚ ਕਿ ਸੀਬੀਸੀ ਦਾ ਇਹ ਕਹਿਣਾ ਹੈਗਾ ਕਿ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਉਹਨਾਂ ਨੇ ਐਲੀਗੇਸ਼ਨ ਲਗਾਇਆ ਸੀਬੀਸੀ ਨੇ ਕਿ ਉਹਨਾਂ ਦੀ ਇਨਵੈਸਟੀਗੇਟਿਵ ਰਿਪੋਰਟ ਦੇ ਵਿੱਚ ਕਿ ਓਨਟੈਰੀਓ ਦੇ ਵਿੱਚ ਪੈਸੇ ਦੇ ਕੇ ਰਿਸ਼ਵਤ ਦੇ ਕੇ ਜਿਹੜੇ ਟਰੱਕਿੰਗ ਦੇ ਲਾਇਸੈਂਸ ਮਿਲ ਰਹੇ ਨੇ ਤੁਸੀਂ ਟਰੱਕ ਡਰਾਈਵਰ ਜੇ ਕੁਝ ਲੋਕ ਬਣ ਰਹੇ ਨੇ ਉਹ ਕਹਿੰਦੇ ਜੀ ਉਹਨਾਂ ਵਿੱਚੋਂ ਕੁਝ ਲੋਕ ਪੈਸੇ ਦੇ ਕੇ ਰਿਸ਼ਵਤ ਦੇ ਕੇ ਬਣ ਰਹੇ ਨੇ ਸੋ ਸੀਬੀਸੀ ਨੇ ਆਪਣੀ ਇਨਵੈਸਟੀਗੇਟਿਵ ਰਿਪੋਰਟ ਤਿਆਰ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਜਿਹੜੇ ਇਹ ਸਵਾਲ ਜਦੋਂ ਖੜੇ ਕੀਤੇ ਕਿ ਪੈਸੇ ਦੇ ਕੇ ਕਿੱਦਾਂ ਸਾਰਾ ਕੁਝ ਹੋ ਰਿਹਾ ਸੋ ਇਸ ਸਿਲਸਿਲੇ ਚ ਉਹਨਾਂ ਨੇ ਜਾ ਕੇ ਸਾਡੇ ਓਨਟੈਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਮੀਤ ਸਰਕਾਰੀਆ ਸਾਹਿਬ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਬਿਲਕੁਲ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਔਰ ਸਰਕਾਰ ਇਸ ਮਾਮਲੇ ਦੇ ਉੱਤੇ ਜਿਹੜੀ ਉਹ ਕਾਰਵਾਈ ਕਰ ਰਹੀ ਹੈ ਹਾਲਾਂਕਿ ਓਪੋਜੀਸ਼ਨ ਵੱਲੋਂ ਐਨਡੀਪੀ ਦੇ ਇੱਕ ਮੈਂਬਰ ਪਾਰਲੀਮੈਂਟ ਸਾਹਿਬਾਂ ਦਾ ਕਹਿਣਾ ਹੈ ਕਿ ਨਹੀਂ ਸਰਕਾਰ ਇਸ ਗੱਲ ਦੇ ਉੱਤੇ ਕੋਈ ਕੜੀ ਕਾਰਵਾਈ ਜਿਹੜੀ ਹੈ ਉਹ ਨਹੀਂ ਕਰ ਰਹੀ ਲੇਕਿਨ ਸੀਬੀਸੀ ਨੇ ਆਪਣੀ ਇਨਵੈਸਟੀਗੇਟਿਵ ਰਿਪੋਰਟ ਚ ਕਿਹਾ ਹੈਗਾ ਕਿ ਪੀਪਲ ਕੁਡ ਡਾਏ ਕਿਉਂਕਿ ਜੇ ਲੋਕ ਰਿਸ਼ਵਤ ਦੇ ਕੇ ਪੈਸੇ ਦੇ ਕੇ ਇਸ ਤਰ੍ਹਾਂ ਟਰੱਕ ਡਰਾਈਵਰ ਦਾ ਲਾਇਸੈਂਸ ਲੈ ਰਹੇ ਨੇ ਤਾਂ ਇਹਦੇ ਨਾਲ ਪੀਪਲ ਲਾਈਵਸ ਆਰ ਐਟ ਰਿਸਕ ਖੁਦ ਜਿਹੜੀ ਕੰਪਨੀ ਇੱਥੇ ਹੈਗੀ ਆ ਉਹਨਾਂ ਦੇ ਕਿਸੇ ਇੰਪਲੋਈ ਦਾ ਵੀ ਉਹਨਾਂ ਨੇ ਇੰਟਰਵਿਊ ਕਰ ਰਹੇ ਨੇ ਉਹਦੇ ਵਿੱਚ ਇੰਟਰਵਿਊ ਦੇ ਵਿੱਚ ਉਹ ਦੱਸ ਰਹੇ ਨੇ ਕੰਪਨੀ ਦੇ ਇੰਪਲੋਈ ਇੰਟਰਨਲ ਮੈਮੋ ਕਿ ਪੈਸੇ ਲੈ ਦੇ ਕੇ ਇਹ ਸਰਟੀਫਿਕੇਟ ਜਿਹੜਾ ਉਹ ਹੁਣ ਦਿੱਤਾ ਜਾ ਰਿਹਾ ਡਰਾਈਵਿੰਗ ਲਾਇਸੈਂਸ ਦਿੱਤੇ ਜਾ ਰਹੇ ਨੇ ਔਰ ਜੇ ਟਰੱਕ ਦੇ ਨਾਲ ਕਿਸੇ ਗੱਡੀ ਦਾ ਐਕਸੀਡੈਂਟ ਹੁੰਦਾ ਤੇ ਦੂਸਰੀ ਤਰਫ ਕਿਸੇ ਦੇ ਬਚਣ ਦੇ ਚਾਂਸਿਸ ਫਿਰ ਬਹੁਤ ਜ਼ਿਆਦਾ ਘੱਟ ਹੋ ਜਾਂਦੇ ਨੇ ਸਮਵਨ ਕੁਡ ਡਾਏ ਇਹ ਮੈਂ ਦੁਬਾਰਾ ਦੱਸ ਦਵਾਂ ਵੀ ਆਰ ਗਿਵਿੰਗ ਕ੍ਰੈਡਿਟ ਇਹ ਸਾਰੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਹੈ ਇਹ ਸੀਬੀਸੀ ਦੁਆਰਾ ਕੀਤੀ ਗਈ ਹੈ ਸੀਬੀਸੀ ਮਾਰਕੀਟ ਪਲੇਸ ਉਹਨਾਂ ਨੇ ਇਨਵੈਸਟੀਗੇਸ਼ਨ ਰਿਪੋਰਟ ਸਾਰੀ ਤਿਆਰ ਕੀਤੀ ਹੈ ਤੁਸੀਂ ਜਾ ਕੇ ਸੀਬੀਸੀ ਉੱਤੇ ਸਾਰਾ ਦੇਖ ਸਕਦੇ ਹੋ ਵਾਈ ਮੀਡੀਆ ਗਰੁੱਪ ਦ ਫਾਸਟੈਸਟ ਗਰੋਇੰਗ ਮੀਡੀਆ ਗਰੁੱਪ ਇਨ ਨਾਰਥ ਅਮਰੀਕਾ